ਜਿਹੜੀ ਮੇਰੀ ਧੀ ਹੈ ਨਾ ਧੌਣ ਉਹਦੀ ਨਹੀਂ ਖੜਦੀ ਬੈਠ ਉਹ ਨਹੀਂ ਸਕਦੀ ਕੁਛ ਫੜ ਉਹ ਨਹੀਂ ਸਕਦੀ ਅੱਖਾਂ ਤੋਂ ਉਹਨੂੰ ਨਹੀਂ ਕੁਛ ਦਿਖਦਾ ਬੋਲਦੀ ਉਹ ਨਹੀਂ ਪਾਸਾ ਤੱਕ ਨਹੀਂ ਲੈ ਸਕਦੀ ਸਾਰੇ ਦੇ ਸਾਰੇ ਹੀ NRI ਭਰਾਵਾਂ ਨੂੰ ਭੈਣਾਂ ਨੂੰ ਬੇਨਤੀ ਕਰਦਾ ਜਦੋਂ ਵੀ ਇੱਧਰ ਆਉਣੇ ਹੋ ਬੇਨਤੀ ਆ ਵੀ ਤੁਸੀਂ ਲਾਜ਼ਮੀ ਇੱਥੇ ਆ ਕੇ ਡੋਨੇਟ ਕਰੋ ਜੇ ਮੇਰੇ ਖਾਤੇ 'ਚ ਪੇਮੈਂਟ ਆ ਗਈ ਫਿਰ ਪੇਸ਼ੈਂਟ ਨੂੰ ਲੱਗਣਾ ਕਿ ਇਹਦੇ ਖਾਤੇ 'ਚ ਪੈਸੇ ਪਏ ਨੇ ਦੇ ਕਿਉਂ ਨਹੀਂ ਰਿਹਾ ਇਹ ਸਰ ਸਾਡੇ ਲੁਧਿਆਣੇ ਦੇ ਕਮਿਸ਼ਨਰ ਆਫ ਪੁਲਿਸ IPS ਮਨਦੀਪ ਸਿੱਧੂ ਜੀ ਅਤੇ ਸਰ ਜਿਵੇਂ NRIs ਹੁੰਦੇ ਨੇ ਅਸੀਂ ਉਹੀ ਅਕਾਊਂਟ ਵਾਲਾ ਸਿਸਟਮ ਜਮ੍ਹਾਂ ਹੀ ਬੰਦ ਕੀਤਾ ਹੋਇਆ ਤਾਂ ਕਿਸੇ NRI ਦੀ ਵਾਰੀ 5 ਸਾਲ ਬਾਅਦ ਆਉਂਦੀ ਹੈ ਕਿਸੇ ਦੀ 2 ਸਾਲ ਬਾਅਦ ਉੱਥੇ ਵੀਡੀਓ ਦੇਖ ਕੇ ਪੈਸੇ ਜੋੜਦੇ ਰਹਿੰਦੇ ਨੇ $100 $200 ਫਿਰ ਜਦੋਂ ਇਕੱਠੇ ਹੋ ਜਾਂਦੇ ਨੇ ਫਿਰ ਜਦੋਂ ਇੰਡੀਆ ਆਉਂਦੇ ਨੇ ਆਪਣੇ ਹੱਥੀਂ ਵੰਡ ਕੇ ਜਾਂਦੇ ਬਜਾਏ ਵਧੀਆ ਟ੍ਰਾਂਸਪੇਰੈਂਟਲੀ ਠੀਕ ਹੁੰਦਾ ਜਿੱਥੇ ਪੈਸੇ ਵਾਲਾ ਕੰਮ ਜੇ ਪੈ ਗਿਆ ਉੱਥੇ ਫਿਰ ਬਸ ਕੰਮ ਡਾਊਨ ਹੀ ਜਾਂਦਾ ਇਹਦੇ ਨਾਲ ਸਰ ਇੱਕ ਚੀਜ਼ ਹੋਰ ਮੈਨੂੰ ਇਹ ਮੇਰਾ ਆਪਦਾ ਖੁੱਦ ਦਾ ਵਿਚਾਰ ਆ ਲੱਖਾਂ ਹੀ ਡੋਨਰ ਆ ਜਿਹੜੇ ਰੈਡੀ ਹੈ ਬਟ ਆਪਦੇ ਕੰਮਾਂ ਕਾਰਾਂ ਦੇ ਵਿੱਚ ਬੀਜ਼ੀ ਹੋਣ ਕਰਕੇ ਉਹ ਇੱਥੇ ਆ ਨਹੀਂ ਸਕਦੇ ਉਹਦੇ ਬਾਰੇ ਹੁਣ ਕੋਈ ਨਾ ਕੋਈ ਏਦਾਂ ਦਾ ਸਾਧਨ ਬਣਾਇਆ ਜਾਵੇ ਜਿਹੜਾ ਕਿ ਹੋਪਫੁਲੀ ਜਿਹੜੇ ਹਿਸਾਬ ਨਾਲ ਤੁਸੀਂ ਕੰਮ ਕਾਰ ਕਰਦੇ ਹੋ ਸੌਖਾ ਹੋ ਜਾਵੇ ਉਹ ਸੌਖਾ ਹੋ ਜਾਵੇ ਇੱਥੇ ਜਿੰਨੇ ਵੀ ਪੇਸ਼ੈਂਟ ਆਏ ਆ ਕੋਈ ਵੀ ਖਾਲੀ ਨਾ ਮੁੜੇ ਮੈਂ ਤੁਹਾਨੂੰ ਦਿਲ ਦੀ ਗੱਲ ਦੱਸਾਂ ਸਰ ਤੁਸੀਂ ਵੀ ਸੁਣ ਰਹੇ ਹੋ ਜੀ ਤੁਸੀਂ ਜਿਸ ਹਿਸਾਬ ਨਾਲ ਇੱਥੇ ਦੇਖ ਰਹੇ ਹੋ ਮਰੀਜ਼ ਗਿਣਤੀ ਕਰ ਲਓ ਅਤੇ ਡੋਨਰ ਗਿਣਤੀ ਕਰ ਲਓ ਜੇ ਬਿਨਾਂ ਖਾਤੇ ਨੰਬਰ ਤੋਂ ਹੀ ਸਰ ਸਭ ਦੀ ਹੈਲਪ ਹੋ ਰਹੀ ਹੈ ਤਾਂ ਜਿਸ ਦਿਨ ਖਾਤਾ ਨੰਬਰ ਖੁੱਲ ਗਿਆ ਨਾ ਨਹੀਂ ਖਾਤਾ ਨੰਬਰ ਖੁੱਲ ਗਿਆ ਉਸ ਦਿਨ ਕੰਮ ਖਰਾਬ ਹਾਂ ਖਾਤੇ 'ਚ ਨਾ ਭਾਅ ਜੀ ਟ੍ਰਾਂਜੈਕਸ਼ਨ ਆ ਜਾਣੀ ਅਨਲਿਮਿਟਿਡ ਜਿਵੇਂ ਮੇਰੇ ਖਾਤੇ 'ਚ 100 ਕਰੋੜ ਆ ਗਿਆ ਉਹ 100 ਕਰੋੜ ਦੇ ਕੇ ਕਿਸੇ ਦੀ ਵੀ ਨੀਅਤ ਖਰਾਬ ਹੁਣ ਪਤਾ ਕੀ ਹੈ ਜਿਵੇਂ ਮਰੀਜ਼ ਆਇਆ ਹੁਣ ਡੋਨਰ ਬੈਠਾ ਹੋਇਆ ਤਾਂ ਹੈਲਪ ਹੋ ਜਾਏਗੀ ਜੇ ਨਾ ਬੈਠਾ ਹੋਇਆ ਨਾ ਫਿਰ ਉਹਨੂੰ ਵੀ ਪਤਾ ਹੁੰਦਾ ਕਿ ਇਹਨਾਂ ਕੋਲ ਡੋਨਰ ਹੈ ਨਹੀਂ ਜੇ ਮੇਰੇ ਖਾਤੇ 'ਚ ਪੇਮੈਂਟ ਆ ਗਈ ਫਿਰ ਪੇਸ਼ੈਂਟ ਨੂੰ ਲੱਗਣਾ ਕਿ ਇਹਦੇ ਖਾਤੇ 'ਚ ਪੈਸੇ ਪਏ ਨੇ ਦੇ ਕਿਉਂ ਨਹੀਂ ਰਿਹਾ ਭਾਵੇਂ ਪੇਸ਼ੈਂਟ ਅਨਮੋਲ ਇੱਕ ਜਰੀਆ ਇਹ ਬਣ ਸਕਦਾ ਵੀ ਉਹਨੂੰ ਉਹਦੇ 'ਚ ਪੇਸ਼ੈਂਟ ਦਾ ਸਿੱਧਾ ਉੱਥੋਂ ਦੇ ਕੇ ਅਤੇ ਉਸ ਹੋਸਪਿਟਲ ਨੂੰ ਟ੍ਰਾਂਸਫਰ ਹੋ ਜਾਏ ਇਹੋ ਜਿਹਾ ਕੁਛ ਕੀਤਾ ਜਾ ਉਹਦੇ 'ਚ ਸਰ ਕੋਸ਼ਿਸ਼ ਕੀਤੀ 2-3 ਵਾਰੀ ਉਹਦੇ 'ਚ ਨਾ ਕਈ ਵਾਰੀ ਡੋਨਰਸ ਸਾਨੂੰ ਬਿਨਾਂ ਦੱਸੇ ਪੇਸ਼ੈਂਟ ਦੇ ਖਾਤੇ 'ਚ ਪਾਉਂਦੇ ਰਹਿੰਦੇ ਨੇ ਪੈਸੇ ਗੁਪਤ ਤਾਂ ਪੇਸ਼ੈਂਟ ਦਾ ਤਾਂ ਟ੍ਰੀਟਮੈਂਟ ਖਤਮ ਹੋ ਚੁੱਕਾ ਹੁੰਦਾ ਪਰ ਉਹ ਡੋਨਰ ਆ ਜਿਹੜੇ ਹੁਣ ਭਾਈ ਸਾਹਿਬ ਦੀ ਫੀਲਿੰਗਸ ਦੱਸ ਰਹੇ ਹਨ ਕਿ ਮੈਂ ਵੀ ਉਹ ਵੀ ਕਰਨਾ ਚਾਹੁੰਦੇ ਨੇ ਪਰ ਭਾਜੀ ਖਾਤੇ ਨੰਬਰ ਦੇ ਵਿੱਚ ਨਾ ਬਹੁਤ ਨੁਕਸਾਨ ਆ ਦਾਨ ਦਾ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਮੈਂ ਤੁਹਾਨੂੰ ਖੁੱਲ ਕੱਲ ਫੇਕ ਬਹੁਤ ਹੈ ਕੋਲ ਤਾਂ ਬਹੁਤ ਆਉਂਦੇ ਹਾਂ ਫੇਕ ਅਕਾਊਂਟ ਫੇਕ ਪੇਸ਼ੈਂਟ ਫੇਕ ਹਸਪੀਟਲ ਪੇਸ਼ੈਂਟ ਫੇਕ ਨੇ ਭਾਜੀ ਅਕਾਊਂਟ ਨੰਬਰਸ ਮਤਲਬ ਰੈਡੀ ਕਰਕੇ ਕਿਉਂਕਿ ਨਾ ਭਾਜੀ ਜਦੋਂ ਪੇਸ਼ੈਂਟ ਆਉਂਦਾ ਇੱਥੇ ਉਦੋਂ ਵੀ ਦੇਖਣਾ ਪੈਂਦਾ ਕਿ ਗਰੀਡੀ ਹੈ ਕਿ ਨੀਡੀ ਹੈ ਲਕਸ਼ਮਣ ਚੈੱਕ ਕਰਨ ਦੀ ਚੱਕਰ 'ਚ ਫਿਰ ਬੜੀ ਜ਼ਰੂਰੀ ਹੈ ਇਹ ਚੀਜ਼ ਪਰ ਚਲੋ ਆਉਣ ਵਾਲੇ ਟਾਈਮ 'ਚ ਕੋਈ ਨਾ ਕੋਈ ਹੱਲ ਕਰਾਂਗੇ ਇਹਦਾ ਥੈਂਕ ਯੂ ਤੁਸੀਂ ਆਏ ਹੋ ਬੜਾ ਧੰਨਵਾਦ ਅਸੀਂ ਨਾ ਹੁਣ ਨਾ ਭਾਜੀ ਅਸੀਂ ਜਗ੍ਹਾ ਜਿਹੜੀ ਲਿੱਤੀ ਤੁਹਾਨੂੰ ਦੱਸਿਆ ਸੀ ਆਪਾਂ ਹੁਣ ਜਿਹੜੀ ਜਗ੍ਹਾ ਬਣਾਵਾਂਗੇ ਨਾ ਭਾਜੀ ਆਪਾਂ ਹੰਬੜਾ ਰੋਡ 'ਤੇ ਉੱਥੇ ਦਿਨੇ ਹੀ ਕਰਾਂਗੇ ਸਵੇਰੇ 7 ਵਜੇ ਤੋਂ ਲੈ ਕੇ 4-5 ਵਜੇ ਤੱਕ ਹੁਣ ਇਹ ਜਗ੍ਹਾ ਹੈਗੀ ਗੁਰਦੁਆਰਾ ਸਾਹਿਬ ਦੀ ਅਤੇ ਦੁਕਾਨ ਅਸੀਂ ਰੈਂਟ 'ਤੇ ਲਿੱਤੀ ਹੋਈ ਹੈ ਹੁਣ ਇਹ ਰੋਡ 'ਤੇ ਬਹਿੰਦੇ ਹਾਂ ਅਸੀਂ ਹੁਣ ਇੱਕ ਜਗ੍ਹਾ ਪ੍ਰੋਪਰ ਬਣ ਜਾਏਗੀ ਫਿਰ ਦਿਨੇ ਵੀ ਜਿਹੜੇ ਮਰੀਜ਼ ਨੇ ਉੱਥੇ ਆਇਆ ਕਰਨਗੇ ਉਹ ਡਾਇਗਨੋਸ ਹੋਣਗੇ ਡੋਨਰ ਉੱਥੇ ਆਉਣਗੇ ਮੈਂ ਨਾ ਐਕਚੁਅਲੀ ਇਸ ਤਰੀਕੇ 'ਚ ਖੁਸ਼ ਬਹੁਤ ਜ਼ਿਆਦਾ ਕੋਈ ਸਵਾਲ ਨਹੀਂ ਚੱਕਦਾ ਕੱਲ ਨੂੰ ਜਦੋਂ ਡੋਨੇਸ਼ਨ ਲੈ ਲਈ ਮੈਂ ਉਲਝ ਜਾਊਂਗਾ ਜੀ ਇਹ ਕੱਪੜੇ ਕਿੱਥੋਂ ਲਿਆਉਂਦੇ ਨੇ ਘੜੀ ਕਿੱਥੋਂ ਲਿਆਉਂਦੀ ਨੇ ਗੱਡੀ ਕਿੱਥੋਂ ਲਿਆਉਂਦੀ ਉਹ ਕੰਮ ਬੜਾ ਔਖਾ ਹੈ ਤਾਂ ਇੱਦਾਂ ਹੀ ਜਦੋਂ ਭਾਜੀ ਡੋਨਰ ਹੈ ਬਹੁਤ ਜ਼ਿਆਦਾ ਹੁਣ ਦੇਖੋ ਇੰਨੇ ਡੋਨਰ ਬੈਠੇ ਨੇ ਮੈਨੂੰ ਲੱਗਦਾ ਇਹ 'ਚ ਅੱਧੇ ਵਾਪਸ ਮੋੜਨੇ ਪੈਣੇ ਆਪਾਂ ਨੂੰ ਕਿ ਅੱਜ ਰਹਿਣ ਦਿਓ ਤਾਂ ਜੇ ਇਹੀ ਸਹੀ ਤਰੀਕਾ ਚੱਲ ਪਵੇ ਤਾਂ ਮੈਨੂੰ ਲੱਗਦਾ ਪੰਜਾਬ 'ਚ ਕੋਈ ਮਰੀਜ਼ 12,500 ਪਿੰਡ ਆ ਨਾ ਸਰ ਪੰਜਾਬ 'ਚ ਮੈਂ ਲਿਖਿਤ ਗਰੰਟੀ ਦਿੰਦਾ ਮੇਰੇ ਨਾਲ ਕੋਆਰਡੀਨੇਟ ਕਰਾ ਦਿਓ ਇੱਕ ਮਰੀਜ਼ ਨਹੀਂ ਮਰਨ ਦੇਵਾਂਗੇ ਪੈਸਿਆਂ ਕਰਕੇ ਇੱਕ ਮਰੀਜ਼ ਅਤੇ ਕੋਈ ਖਾਤਾ ਨੰਬਰ ਨਹੀਂ ਹੁਣ ਜਿੱਦਾਂ ਸਰ ਬੈਠੇ ਨੇ ਕੋਲ ਹੁਣ ਤੁਸੀਂ ਵੀ ਜੇ ਭਾਜੀ ਤਸੱਲੀ ਨਾਲ ਇੱਥੇ ਬੈਠੋਗੇ ਨਾ ਤੁਸੀਂ ਦੇਖੋਗੇ ਕਿ ਮਰੀਜ਼ ਦਾ 90% ਹੱਲ ਸਲਾਹ ਨਾਲ ਹੀ ਹੋ ਰਿਹਾ ਕਿ ਜਿਵੇਂ ਚਿੱਟੇ ਮੋਤੀ ਦਾ ਆਪਰੇਸ਼ਨ ਹੈ 30,000 ਦਾ ਪਤਾ ਕੀਤਾ ਉਹ ਕਹਿੰਦਾ ਮੇਰੇ ਕੋਲ 5,000 ਹੈਗਾ ਬਾਕੀ 25 ਤੁਸੀਂ ਦੇ ਦਿਓ ਪਰ ਉਹ ਆਪਰੇਸ਼ਨ ਸਾਡੇ ਲਈ 3100 ਦਾ ਅਸੀਂ ਉਹਨੂੰ ਕਹੀਦਾ ਜਿਹੜਾ ਤੇਰੇ ਕੋਲ 5,000 ਉਹ 'ਚੋਂ 3100 ਖਰਚ ਕੇ ਜਾਂ ਆਪਣਾ ਆਪਰੇਸ਼ਨ ਕਰਾ ਲਓ ਖੁਸ਼ ਹੋ ਜਾਂਦਾ ਇਹ ਪਰਸੋਂ ਹੋਇਆ ਉਹ ਕਹਿੰਦਾ 30,000 ਦਾ ਡਾਕਟਰ ਨੇ ਮੰਗਿਆ 5 ਮੇਰੇ ਕੋਲ ਹੈਗਾ 25 ਦੇ ਦਿਓ ਮੈਂ ਕਿਹਾ ਤੂੰ ਖੜ ਡਾਕਟਰ ਨੂੰ ਫੋਨ ਕੀਤਾ ਕਹਿੰਦਾ 3100 'ਚ ਮੈਂ ਹੀ ਕਰ ਦਿੰਦਾ ਉਹ ਮਰੀਜ਼ ਨੇ ਆਪਣੇ ਪੈਸੇ ਲਾ ਲਏ ਹੁਣ ਉੱਥੇ ਡੋਨੇਸ਼ਨ ਨਹੀਂ ਕੰਮ ਆਈ ਜੀ ਗਾਈਡੈਂਸ ਲੈਕ ਆਫ ਨੌਲੇਜ ਉਹ ਕੋਈ ਦੇ ਰਿਹਾ ਨਹੀਂ ਦੇ ਨਹੀਂ ਰਿਹਾ ਹੁਣ ਇੰਨੀਆਂ ਸੰਸਥਾਵਾਂ ਨੇ ਸਰ ਪੰਜਾਬ 'ਚ ਕਿਹੜੀ ਬੈਠਦੀ ਆ ਲੋਕਾਂ ਨੂੰ 1-to-1 ਤਾਂ ਮਿਲਣ ਕਿ ਭਾਈ ਹੁਣ ਤੁਸੀਂ ਆਏ ਹੋ ਸਰ ਅਸੀਂ ਰੋਜ਼ ਬੈਠਦੇ ਹਾਂ ਕਿ ਪੇਸ਼ੈਂਟ ਆਉਂਦਾ ਆਪਣਾ ਦੁੱਖ ਦੱਸਦਾ ਆਹ ਹੱਲ ਆ ਬਾਕੀ NGO 'ਚ ਕੀ ਆ ਔਨਲਾਈਨ ਟ੍ਰਾਂਜੈਕਸ਼ਨਸ ਔਨਲਾਈਨ ਸਿਸਟਮ ਤਾਂ ਪੰਜਾਬ ਜੇ ਬਾਈ NRI ਸਰ ਇਕੱਲੇ ਜਾਗਰੂਕ ਹੋ ਜਾਂਦਾ ਕਿ ਮੇਰਾ ਦਾਨ ਹੈ ਮੈਂ ਬੜੀ ਤਸੱਲੀ ਨਾਲ ਦੇਣਾ ਤਾਂ ਕੋਈ ਮਰੀਜ਼ ਲੱਭ ਕੇ ਦਿਖਾ ਦਿਓ ਪੂਰੇ ਪੰਜਾਬ 'ਚੋਂ ਭਾਵੇਂ ਪੰਜਾਬ ਦੇ ਬਾਹਰ ਵਾਲੇ ਬੰਦੇ ਚੱਕ ਲਿਓ ਮੈਂ ਕਿਉਂਕਿ ਮੇਰੇ ਕੋਲੇ ਨਾ ਫੇਸਬੁੱਕ ਨਾ ਮੇਰੇ ਕੋਲ ਇੰਸਟਾ ਨਾ ਮੇਰੇ ਕੋਲੇ ਹੋਰ ਸੋਸ਼ਲ ਜੁੜੇ ਕਿਵੇਂ ਫਿਰ ਜੁੜਿਆ ਮੈਂ ਜਦੋਂ ਕਿਤੇ ਵੀ ਆਪਣੀ ਨਾ ਉੱਥੇ ਟਰੱਕਿੰਗ ਕੰਪਨੀ ਆ ਹਨ ਜੀ ਤੇ 2018 ਦੇ ਵਿੱਚ ਆਪਾਂ ਇੱਕ ਇੱਕ ਟਰੱਕ ਤੱਕ ਮੈਂ ਇੱਕ ਮੇਰਾ ਪਾਰਟਨਰ ਹਨ ਉਹ ਤਲਵੰਡੀ ਭਾਈ ਦੋ ਉਹਨਾਂ ਦਾ ਪਿੰਡ ਕੁਲਦੀਪ ਬਰਾੜ ਉਹਨਾਂ ਦਾ ਨਾਮ ਅਸੀਂ ਇੱਕ ਇੱਕ ਟਰੱਕ ਤੋਂ ਸ਼ੁਰੂ ਕੀਤਾ ਸੀਗਾ ਕੰਮ ਤੇ 2018 ਦੇ ਵਿੱਚ ਹੀ ਵਾਹਿਗੁਰੂ ਨੇ ਬੇਟੀ ਦੀ ਦਾਤ ਦਿੱਤੀ ਓ ਵਾਹ ਜੀ ਵਾਹ ਠੀਕ ਪਰ ਉਹਨੂੰ ਨਾਲ ਇੱਕ ਬਿਮਾਰੀ ਵੀ ਇਦਾਂ ਦੀ ਦਿੱਤੀ
ਕੋਲੇ ਪੈਸਾ ਵੀ ਰੁਪਈਆ ਬਹੁਤ ਆ, ਵਾਹਿਗੁਰੂ ਦਾ ਦਿੱਤਾ ਬਹੁਤ ਕੁਛ, ਉਹ ਤੋਂ ਡਰ ਕੇ ਕਹਿੰਦੇ ਆ ਵੀ ਆਪਦੀ ਸੇਵਾ ਇੱਦਾਂ ਲਈ ਜਾਵੇ। ਮੈਂ ਆਪਦੀ ਬੇਟੀ ਦਾ ਆਪ ਮੈਂ ਇਲਾਜ ਨਹੀਂ ਕਰਾ ਸਕਦਾ, ਐਡਾ ਕੁ ਮੈਂ ਵਿਭਾਗਾਂ ਵਾਲਾ ਮੈਂ ਹੈ ਨਹੀਂ ਗਾ। ਫਿਰ ਵਾਹਿਗੁਰੂ ਨੇ ਵੀ ਆਪ ਹੀ ਮੱਤ ਦੇ ਦਿੱਤੀ ਵੀ ਜਿਹੜਾ ਇੱਦਾਂ ਦਾ ਬੱਚਾ ਪੈਦਾ ਹੋਇਆ ਵੀ ਕੈਨੇਡਾ ਵਰਗੀ ਧਰਤੀ ਦੇ ਵਿੱਚ ਉਹਨੇ ਤਾਂ ਪੈਦਾ ਕੀਤਾ ਤਾਂ ਜੋ ਉਹਦੀ ਕੇਅਰ ਹੋ ਸਕੇ, ਸਾਨੂੰ ਉਹਨੇ ਸੇਵਾ ਲਈ ਹੋ ਸਕਦਾ ਵੀ ਗੁਆਂਢੀਆਂ ਦੇ ਪੈਦਾ ਹੁੰਦਾ ਤੇ ਉਹਨਾਂ ਉਹ ਉਸ ਤਰੀਕੇ ਦੇ ਨਾਲ ਸੇਵਾ ਨਾ ਕਰਦਾ ਨਹੀਂ ਕਰਦਾ, ਤੇ ਸਾਨੂੰ ਉਹਨਾਂ ਨੇ ਚੁਣਿਆ ਵੀ ਇਹ ਪਰਿਵਾਰ ਸੇਵਾ ਕਰ ਸਕਦਾ ਵੀ ਹੁਣ ਅਸੀਂ ਉਹਦੀ ਰੱਬ ਸਮਝ ਕੇ ਮੂੰਹ ਦੇ ਰਾਹੀਂ ਉਹ ਨਹੀਂ ਕੁਝ ਖਾ ਸਕਦੇ। 5 ਸਾਲਾਂ ਤੋਂ ਉਹਦੇ ਇੱਕ ਛੋਟਾ ਜਿਹਾ ਆਪਰੇਟ ਕਰਕੇ ਡਾਕਟਰਾਂ ਨੇ ਇੱਥੇ ਵਾਲਵ ਲਾਇਆ ਹੋਇਆ, 5 ਸਾਲਾਂ ਤੋਂ ਇਕੱਲਾ ਇੱਕ ਉਹ ਦੁੱਧ ਤੇ ਹੀ ਆ। ਤੁਸੀਂ ਇੱਦਾਂ ਵੇਖੋ ਅਸੀਂ ਉਹਨੂੰ ਘਰ ਦਾ ਦੁੱਧ ਤੱਕ ਨਹੀਂ ਪਿਆ ਸਕਦੇ, ਦੁੱਧ ਵੀ ਜਾਣੀ ਦੀ ਉਹਨੂੰ ਡਾਕਟਰਾਂ ਨੇ ਦੱਸਿਆ ਹੋਇਆ ਵੀ ਆਹੀ ਦੁੱਧ ਪਿਓ। ਜਦੋਂ ਦੀ ਉਹ ਪੈਦਾ ਹੋਈ ਆ ਕੰਮ ਦੀ ਸਾਡੀ ਬਰਕਤ ਇੰਨੀ ਕੁ ਜ਼ਿਆਦਾ ਹੋਈ ਵੀ ਰੱਬ ਜਾਣਦਾ ਵੀ ਉਹ ਆਪਦੇ ਆਪ ਹੀ ਦੇਈ ਜਾਂਦਾ, ਆਪਦੇ ਆਪ ਹੀ ਦੇਈ ਜਾਂਦਾ, ਉਹ ਵੱਡੀ ਗੱਲ। ਹਾਂਜੀ, ਸੋ ਮੈਂ ਤੁਹਾਡੇ ਪੇਜ ਤੋਂ ਵੀ ਸਾਰੇ ਮੈਂ NRI ਨੂੰ ਅਪੀਲ ਕਰਦਾ ਵੀ ਆਹ ਜਿਹੜਾ ਸੀਜ਼ਨ ਹੈਗਾ ਇਹ ਹੁਣ ਹਰੇਕ ਵਿੰਟਰ ਦੇ ਵਿੱਚ NRI ਆਉਂਦੇ ਆ ਜਾਂ ਆਪਦੀ ਵਿਆਹ ਸ਼ਾਦੀ ਲਈ ਆਉਂਦੇ ਆ ਜਾਂ ਕਿਸੇ ਲਈ ਆਉਂਦੇ ਆ, ਕੋਈ ਵੀ ਕੋਈ 15 ਦਿਨ ਲਈ, ਕੋਈ ਮਹੀਨੇ ਖੰਡ ਲਈ, 2 ਮਹੀਨਿਆਂ ਲਈ। ਕੋਸ਼ਿਸ਼ ਕਰੋ ਮੇਰਾ ਵੀਰ ਇੱਥੇ ਸੀਰੀਅਸਲੀ, ਮੈਨੂੰ ਤੁਹਾਡੀ NGO ਦਾ ਨਾਂ ਤੱਕ ਨਹੀਂ ਪਤਾ। ਇੱਕ ਜ਼ਰੀਆ ਇੱਕ ਜ਼ਰੀਆ ਸਾਰੇ ਫੀਲਿੰਗਸ ਦੇਖੋ ਸਰ, ਹੁਣ ਮੈਨੂੰ ਕੀ ਬੋਲਾਂ ਸਰ, ਪਤਾ ਗਾ ਵੀ ਨਾ ਇਹਨਾਂ ਦੀ NGO ਦਾ ਭਾਈ ਉਹ ਬੱਚੀ ਨੂੰ ਭੇਜਿਓ ਛੋਟੀ ਜਿਹੜੀ ਉਹ ਤੁਹਾਨੂੰ ਮੈਂ ਤੁਸੀਂ ਬੱਚੀ ਦੀ ਗੱਲ ਕੀਤੀ ਨਾ ਆਪਣੀ ਜਿਹੜੀ ਉਹ ਬੱਚੀ ਹੈ ਨਾ ਸਰ, ਉਹਦਾ ਸਿਰਫ 2 ਮਹੀਨੇ ਤੋਂ ਉੱਥੇ ਟ੍ਰੀਟਮੈਂਟ ਹੋ ਰਿਹਾ ਤੁਹਾਡੇ ਸਹਿਯੋਗ ਨਾਲ। ਉਹਦੀ ਗਰਦਨ ਨਹੀਂ ਚੱਕ ਹੁੰਦੀ ਸੀ, ਐਂ ਸੀ ਜੀ, ਅੱਜ ਉਹਦੀ ਗਰਦਨ ਦੇਖੋ। ਸਿਰਫ 15,000 ਰੁਪਏ 2 ਵਾਰੀ ਸੀ ਦਿੱਤੇ ਇਹਨਾਂ ਨੂੰ, 30,000 ਰੁਪਏ, ਅਤੇ ਆਹ ਇਹਨਾਂ ਦੀ ਮਾਂ ਲੈ ਉੱਧਰ, ਅੱਜ ਫੜੋ ਤੁਸੀਂ ਇਹਨੂੰ, ਬੱਚੀ ਫੜੋ ਪਹਿਲਾਂ ਦੀ ਆਪਣੇ। ਕੀ ਨਾਮ ਇਹਦਾ? ਹਰਪ੍ਰੀਤ ਕੌਰ। ਇਹਨੂੰ ਕੀ ਦਿੱਕਤ ਸੀ ਪੈਣੇ ਬੱਚੀ ਨੂੰ? ਦਿਮਾਗ ਕੰਮ ਨਹੀਂ ਕਰਦਾ ਜੀ ਭਾਜੀ, ਤੇ ਕਿੰਨਾ ਕੁ ਫਰਕ ਹੈ ਹੁਣ? ਪਹਿਲਾਂ ਨਾਲੋਂ ਬਹੁਤ ਫਰਕ ਪੈ ਗਿਆ ਸਰ। ਕੀ ਹੁੰਦਾ ਸਰ 15,000 ਰੁਪਏ? ਤੇ ਦੇਖੋ ਸਰ, ਮਤਲਬ ਤੁਹਾਡੀ ਫੀਲਿੰਗਸ ਦੇਖੋ, ਤੇ ਆ ਵੀ ਤੁਹਾਡੀ ਧੀ ਆ ਭਾਜੀ, ਇਕੱਲੀ ਕੁੱਖੋ ਜੰਮੇ ਬੱਚੇ ਨਹੀਂ ਇਹਦੀ। ਮੇਰੀ ਧੀ ਜਿਹੜੀ ਮੇਰੀ ਧੀ ਹੈ ਨਾ, ਧੌਣ ਉਹਦੀ ਨਹੀਂ ਖੜਦੀ, ਬੈਠ ਉਹ ਨਹੀਂ ਸਕਦੀ, ਕੁਛ ਫੜ ਉਹ ਨਹੀਂ ਸਕਦੀ, ਹੱਥ ਪੈਰ ਐ ਕੰਮ ਨਹੀਂ ਕੁਛ ਵੀ ਕਰਦਾ, ਅੱਖਾਂ ਤੋਂ ਉਹਨੂੰ ਨਹੀਂ ਕੁਛ ਵਾਹਿਗੁਰੂ ਦਿਖਦਾ, ਬੋਲਦੀ ਉਹ ਨਹੀਂ, ਪਾਸਾ ਤੱਕ ਨਹੀਂ ਲੈ ਸਕਦੀ ਉਹ। ਜੇਕਰ ਉਹਨੂੰ ਆਪਾਂ ਵੀ ਜਿਵੇਂ ਇੱਕ ਮੈਂ ਕਹਿੰਦਾ ਨਹੀਂ, ਜਿਵੇਂ ਇੱਕ ਪਸ਼ੂ ਆ ਕਿੱਲੇ ਦੇ ਬੰਨਿਆ, ਉਹਨੂੰ ਸੰਗਲ ਖੋਲ੍ਹ ਕੇ ਜੇਕਰ ਧੁੱਪੇ ਕਰ ਦੋਗੇ ਤਾਂ ਧੁੱਪੇ ਜਾ ਉੜੂ, ਜੇ ਛਾਵੇਂ ਕਰ ਦੋ ਛਾਵੇਂ ਕਰ ਦੋਗੇ, ਜੇਕਰ ਉਹਨੂੰ ਆਪਾਂ ਕੋਲ ਖਾਣ ਪੀਣ ਨੂੰ ਦਿੰਦੇ ਹਾਂ ਤਾਂ ਠੀਕ, ਜੇ ਨਹੀਂ ਦਿੰਦੇ ਤਾਂ ਨਹੀਂ। ਬਈ ਵਾਹਿਗੁਰੂ ਨੇ ਉਹ ਜਦੋਂ ਦੀ ਜੰਮੀ ਆ ਮੈਨੂੰ ਲੱਗਦਾ ਕੀ ਕਹਿਣਾ, 2 ਜਾਂ 3 ਵਾਰੀ ਮਸਾਂ ਰੋਈ ਪਰਮਾਤਮਾ ਨੇ ਦਾਤ ਦਿੱਤੀ ਤੇ ਫੀਲ ਕਰ ਰਹੇ ਨੇ ਅੱਜ ਲੋਕਾਂ ਦਾ। ਸਾਰੇ ਦੇ ਸਾਰੇ NRI ਭਰਾਵਾਂ ਨੂੰ ਭੈਣਾਂ ਨੂੰ ਬੇਨਤੀ ਕਰਦਾ, ਜਦੋਂ ਵੀ ਇੱਧਰ ਆਉਣੇ ਹੋ ਤੁਸੀਂ ਲੱਖਾਂ ਰੁਪਈਆ ਕਰੋੜਾਂ ਰੁਪਈਆ ਇੱਧਰ ਖਰਚ ਕਰਦੇ ਹੋ, ਤੇ ਬੇਨਤੀ ਆ ਵੀ ਆਪਦਾ $1,000 $2,000 ਭਲਾਂ ਦੀ $500 $100 ਜਦੋਂ ਕਿਤੇ ਲੁਧਿਆਣੇ ਆਉਣੇ ਹੋ ਸਪੈਸ਼ਲ ਵੀ ਭਲਾਂ ਦੀ ਨਾ ਚੱਲ ਕੇ ਆਓ, ਪਰ ਜਦੋਂ ਕਿਤੇ ਨੇੜੇ ਤੇੜੇ ਆਉਣੇ ਆ ਨਾ ਇੱਥੇ ਲਾਜ਼ਮੀ ਬੇਨਤੀ ਆ ਵੀ ਤੁਸੀਂ ਲਾਜ਼ਮੀ ਇੱਥੇ ਆ ਕੇ ਡੋਨੇਟ ਕਰੋ। ਆਹ ਇੱਥੇ ਘੱਟੋ ਘੱਟ ਬਾਹਲਾ ਨਹੀਂ ਤਾਂ ਤਕਰੀਬਨ 50-60 ਪੇਸ਼ੈਂਟ ਇੱਥੇ ਬੈਠੇ ਹੋਣੇ, ਕਿਸੇ ਨੂੰ 2 ਲੱਖ ਦੀ ਲੋੜ ਆ, ਕਿਸੇ ਨੂੰ 10,000 ਦੀ ਲੋੜ ਆ, ਕਿਸੇ ਨੂੰ ਭੈਣ ਨੂੰ ਵੀ ਜਲਦੀ ਠੀਕ ਕਰੇ ਤਾਂ ਅਰਦਾਸ ਹੀ ਕਰ ਸਕਦੇ ਹਾਂ। ਪਰ ਮੈਂ ਅੱਜ ਜੋ ਤੁਸੀਂ ਬੋਲ ਰਹੇ ਹੋ ਮੈਂ ਫੀਲ ਕਰ ਰਿਹਾ ਜੀ, 8 ਸਾਲ ਹੋ ਗਏ ਸਾਨੂੰ ਇੱਥੇ ਮਰੀਜ਼ਾਂ ਨੂੰ ਦੇਖਦੇ, ਕੋਈ 500 ਪਿੱਛੇ ਵੀ ਭਾਜੀ ਮਰੀਜ਼ ਮਰਦੇ ਦੇਖੇ, ਅਸੀਂ 1,000 ਪਿੱਛੇ ਵੀ ਮਰਦੇ ਦੇਖੇ ਨੇ। ਤੁਸੀਂ ਹੋਰ ਵੇਖੋ ਕੈਨੇਡਾ ਅਮੈਰੀਕਾ ਜਿਹੜੀ ਬਾਹਰਲੀਆਂ ਜਿਹੜੀਆਂ ਕੰਟਰੀਆਂ ਫੁੱਲੀ ਡਿਵੈਲਪਡ ਆ, ਪਰ ਇਲਾਜ ਪੱਖੋਂ ਉਹ ਦੇਸ਼ ਮੈਂ ਆਪ ਜਾਣੀ ਦੀ ਸੋਚਦਾ ਇਲਾਜ ਪੱਖੋਂ ਜਾਣੀ ਦੀ ਉਹ ਇੱਧਰ ਇੰਡੀਆ ਦੇ ਮੁਕਾਬਲੇ ਜਾਣੀ ਦੀ ਕਾਮਯਾਬ ਨਹੀਂ। ਮੇਰੇ ਆਪਦੇ ਸ਼ਹਿਰ ਦੇ ਵਿੱਚ, ਉੱਥੇ ਵਿਨੀਪੈਗ ਤੋਂ ਮੈਂ ਹੈਗਾ, ਸਟੇਟ ਮੇਰੀ ਮੈਨੀਟੋਬਾ, ਆਪਦੇ ਸ਼ਹਿਰ ਦੇ ਵਿੱਚ 10 ਘੰਟੇ ਪੇਸ਼ੈਂਟ ਉੱਥੇ ਐਮਰਜੈਂਸੀ ਦੇ ਵਿੱਚ, ਜਿਹੜੀ ਮੇਨ ਐਮਰਜੈਂਸੀ ਪੂਰੇ ਮੈਨੀਟੋਬਾ ਦਾ ਵੱਡਾ ਹੋਸਪਿਟਲ ਆ, 10 ਘੰਟੇ ਉੱਥੇ ਬੈਠਾ ਰਿਹਾ, ਪਤਾ ਨਹੀਂ ਉਹਨੂੰ ਕੀ ਬਿਮਾਰੀ ਸੀਗੀ, ਉਹ ਉੱਥੇ ਰੋਇਆ ਕਰਲਾਇਆ
ਤੁਸੀਂ ਬਲੀਵ ਕਰੋ ਬੈਠੇ ਬੈਠੇ ਦੀ ਜਿਵੇਂ ਆਹ ਮੰਨ ਲਓ ਵੇਟਿੰਗ ਏਰੀਆ ਹੈਗਾ, ਵੇਟਿੰਗ ਏਰੀਆ ਦੇ ਵਿੱਚ ਬੈਠੇ ਬੈਠੇ ਦੀ ਡੈਥ ਹੋ ਗਈ ਉਹਦੀ। ਵਾਹਿਗੁਰੂ। ਉੱਥੇ ਉਹਨੂੰ ਕਿਸੇ ਨੇ ਪੁੱਛਿਆ ਤੱਕ ਨਹੀਂ ਇਲਾਜ, ਘਰੋਂ ਉਹ ਇਲਾਜ ਕਰਾਉਣਾ ਆ 10 ਘੰਟੇ ਮੈਂ ਹੋਸਪਿਟਲ 'ਚ ਜਾ ਕੇ ਬਚ ਜੂੰ, ਪਰ ਹੋਸਪਿਟਲ ਵਾਲਿਆਂ ਨੇ ਹੱਥ ਨਹੀਂ ਪਾਇਆ। ਬਾਅਦ ਵਿੱਚ ਹੋਸਪਿਟਲ ਬਿਆਨ ਦਿੰਦਾ ਕਿ ਭਾਈ ਸਾਹਿਬ ਵੀ ਸਾਡੇ ਕੋਲ ਸਟਾਫ ਦੀ ਜਾਣੀ ਦੀ ਘਾਟ ਆ, ਇਲਾਜ ਫ੍ਰੀ ਆ, ਪਰ ਉਹ ਕਹਿੰਦੇ ਅਸੀਂ ਕਰਾਂਗੇ ਵਾਰੀ ਸਰ ਵੀ ਇਹੋ ਜਿਹਾ। ਹੁਣ ਵੀ ਪਤਾ ਨਹੀਂ ਮਾਪਦੰਡ।